ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦਾ। ਜੋ ਦਿਨ ਜੀ ਜੁਮੇਰਾਤ ਦਾ ਤੇ ਇਸ ਟਾਈਮ ਨੀਲੀ ਦੇ ਸ਼ਿਕਾਰੀ ਸਮੀ ਉੱਲਾ ਵਿਓਪਾਰੀ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ ਇੱਕ ਹੀ ਜਾਨਵਰ ਹੈ ਤੇ ਮਾਸ਼ਾਅੱਲਾ ਜੀ ਦੋਸਤ ਸਮਝ ਲੈਣ ਕੇ ਤੋਹਫਾ ਹੀ ਹੈ। ਟਾਪ ਕਲਾਸ ਪਿਓਰ ਨੀਲੀ ਦੀ ਗੱਬਣ ਮੱਝ ਮਾਸ਼ਾਅੱਲਾ ਜੀ, ਪਿਛਲੇ ਸੂਬੇ ਦਾ 22-23 ਲੀਟਰ ਦਾ ਰਿਕਾਰਡ ਵੀ ਹੈ। ਦੋਸਤਾਂ ਨੂੰ ਮੁਕੰਮਲ ਤਸੱਲੀ ਕਰਾਉਂਦੇ ਹਾਂ ਅਤੇ ਇਹਦੀ ਜਿਹੜੀ ਮੁਕੰਮਲ ਤਫਸੀਲ ਹੈ ਦੋਸਤਾਂ ਨੂੰ ਉਹ ਦੱਸਦੇ ਹਾਂ। ਬਾਈ ਸਮੀਉੱਲਾ ਸਾਹਿਬ ਆਓ ਜੀ ਸਾਹਮਣੇ ਜੀ। ਜੀ ਵਾਲੇਕੁਮ ਅਸਲਾਮ ਬਾਈ ਸਮੀਉੱਲਾ ਸਾਹਿਬ, ਕੀ ਹਾਲ ਹੈ? ਠੀਕ ਹੋ? ਅੱਲਾ ਦੀ ਰਹਿਮਤ ਤੇ ਦੁਆਵਾਂ ਭਾਈ ਫਰਾਜ਼, ਤੁਸੀਂ ਸੁਣਾਓ? ਅੱਲਾ ਪਾਕ ਦਾ ਬੜਾ ਸ਼ੁਕਰ ਹੈ ਜੀ, ਜ਼ਾਤ ਦਾ ਕਰਮ ਹੈ। ਕੁਛ ਦਿਨ ਪਹਿਲੇ ਜਨਾਬ ਦੀ ਵੀਡੀਓ ਆਲਰੇਡੀ ਅਪਲੋਡ ਕੀਤੀ ਹੈ। ਇਸ ਤੋਂ ਪਹਿਲੇ ਵੀ ਕੋਈ 4-5 ਵੀਡੀਓਜ਼ ਦੋਸਤਾਂ ਨੂੰ ਤੁਸੀਂ ਸ਼ੋਕ ਕਰਾਇਆ। ਪੁਰਾਣੇ ਖਿਲਾੜੀ ਹੋ ਲੇਕਿਨ ਸ਼ੌਕ ਪਿਛਲੀ ਵੀਡੀਓ 'ਚ ਵੀ ਆਹੀ ਕਿਹਾ ਸੀ ਕਿ ਕਿਤੇ ਕਿਤੇ ਕਰਾਉਂਦੇ ਹੋ, ਲੇਕਿਨ ਅੱਜ ਫਿਰ ਦਿਲ ਹੋਸ਼ ਕੀਤਾ ਜੇ ਦੋਸਤ ਆਲਰੇਡੀ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫਿਰ ਆਪਣਾ ਅਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਇਹ ਸਭ ਤੋਂ ਪਹਿਲਾਂ ਤਾਂ ਜੋ ਵੀ ਦੋਸਤ ਵੀਡੀਓ ਵੇਖਦਾ ਉਹਨੂੰ ਮੇਰੀ ਤਰਫੋਂ ਸਲਾਮਾਂ ਲੈਕਮ। ਦੂਸਰੇ ਨੰਬਰ 'ਤੇ ਪਿੰਡ ਮੇਰਾ ਭਖੜੇ ਵਾਲੀ ਹੈ, ਥਾਣਾ ਫਲੋਰਾ, ਤਹਿਸੀਲ ਪਸਰੂਰ ਅਤੇ ਜ਼ਿਲ੍ਹਾ ਸਿਆਲਕੋਟ। ਭਾਗੋਵਾਲ ਤੋਂ 2 ਕਿਲੋਮੀਟਰ ਹੈ ਅਤੇ ਫਲੋਰੇ ਤੋਂ 1 ਕਿਲੋਮੀਟਰ ਹੈ ਮੇਰਾ ਡੇਰਾ। ਅਤੇ ਕੋਈ ਵੀ ਦੋਸਤ ਆ ਕੇ ਮੌਕਿਆਂ 'ਤੇ ਤਸੱਲੀ ਨਾਲ ਮਾਲ ਵੇਖ ਕੇ ਇੱਥੋਂ ਖੜ ਸਕਦਾ, ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ ਹੋਏਗੀ ਇਨਸ਼ਾਅੱਲਾ। ਜ਼ਿੰਦਾਬਾਦ। ਅਤੇ ਇਹ ਜਿਹੜੀ ਵੀਡੀਓ ਕੁਛ ਦਿਨ ਪਹਿਲੇ ਅਪਲੋਡ ਕੀਤੀ, ਸਾਰਾ ਮਾਲ ਸੇਲ ਹੋ ਗਿਆ? ਵੇਖੋ ਕੋਈ ਵੀ ਨਹੀਂ, ਇੱਕ ਜਾਨਵਰ ਵੀ ਨਹੀਂ। ਇਕੱਲੀ ਇਹ ਵੀ ਮੈਂ ਸਾਡੇ ਕੋਲ, ਮੈਂ ਕਿਹਾ ਇਹ ਕੱਚੀ ਆ, ਮੈਂ ਸ਼ੌਕ ਨਾਲ ਲਾਈ ਹੈ ਵੀਡੀਓ ਇਹਦੀ। ਜ਼ਿੰਦਾਬਾਦ। ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਮਾਲ ਦੇ ਵਿੱਚ ਫਿਰ ਸ਼ਾਮਿਲ ਕਰਾਂਗੇ, ਮੈਂ ਸ਼ੌਕ ਨਾਲ ਲਾ ਦਿੱਤੀ। ਆਹ 3-4 ਦਿਨ ਹੋ ਗਏ ਨੇ ਤੁਸੀਂ ਕਹਿ ਰਹੇ ਹੋ ਕਿ ਜਾਨਵਰ ਲਿਆਂਦਾ ਸ਼ੌਕੀਆ, ਮੈਂ ਮਾਜ਼ਰਤ ਵੀ ਚਾਹੁੰਦਾ ਕਿ ਟਾਈਮ ਮੈਨੇਜ ਨਹੀਂ ਹੁੰਦਾ ਪਿਆ, ਤੇ ਤੁਹਾਡੀ ਮਿਹਨਤ ਵਾਕਿਆ ਜੀ ਹਰ ਵੀਡੀਓ 'ਚ ਇਹੋ ਜਿਹਾ ਜਾਨਵਰ ਸ਼ਾਮਿਲ ਨਹੀਂ ਹੁੰਦਾ। ਪਹਿਲਵਾਨ ਚੀਜ਼ ਹੈ ਦੋਸਤਾਂ, ਇਹ ਹੱਥ ਰੱਖਿਆ ਵੱਖੀ ਲੁਕਦੀ ਹੈ ਫਰਾਜ਼ ਭਾਈ। ਇਹ ਵੇਖੋ ਜਿਸਮ ਮੈਂ ਦਾ, ਬੰਦੇ ਦੀ ਜਿਲਤ ਨਾਲ ਪਤਲੀ ਹੈ, ਫਿਰ ਪੂਛਲ ਮੈਂ ਨੂੰ ਇੰਜ ਦੇ ਤੇ ਇੰਜ ਦੇ ਥਾਣ ਛੱਡੇ ਤੇ ਆਮ ਮਈਆਂ ਨਹੀਂ ਨਾ ਹੁੰਦੇ। ਜ਼ਿੰਦਾਬਾਦ। ਹਾਂਜੀ ਲੋਏ ਦੋਸਤੋ, ਐਡੀਆਂ ਦੇ ਅਸਲ ਲੀਲੀ ਦਾ ਬਰਨੈਣ ਟੋਫਾ ਅਸਲ ਜਿਹਨੂੰ ਆਉਂਦੇ ਨੇ ਉਹ ਹੈ ਵੇ। ਮਾਸ਼ਾਅੱਲਾ ਜੀ, ਸਭ ਲੋਕੀ ਆਉਂਦੇ ਨੇ ਲੀਲੀ ਦਾ ਮਾਲ ਮੈਂ ਵੀ ਲਿਆਉਣਾ, ਹੈ ਵੇ ਲੀਲੀ। ਆ ਨਹੀਂ ਪਿਛਲੀ ਦਫਾ ਲੀਲੀ ਤੋਂ ਮਾਲ ਲਿਆ ਹੀ ਨਹੀਂ ਜਾਂਦਾ, ਉਹਦਾ ਰੇਟ ਹੀ ਬਹੁਤਾ ਹੈ। ਦੂਸਰੇ ਨੰਬਰ 'ਤੇ ਉਹਦੀ ਵਰਾਇਟੀ ਬਹੁਤੀ ਹੈ, ਅਸੀਂ ਲੋਕੀ ਸਾਰੇ ਆਸ਼ਣ ਨੇ ਅਸੀਂ ਲੀਲੀ ਤੋਂ ਲਿਆਉਂਦੇ ਹਾਂ। ਲੀਲੀ ਤੋਂ ਮੈਂ ਲੈਣੀ ਬਹੁਤ ਮੁਸ਼ਕਲ ਹੈ ਅਤੇ ਲੀਲੀ ਦੀ ਮੈਂ ਦਾ ਰਿਕਾਰਡ ਹੀ ਵੀ ਵੱਖਰਾ ਮੇਰੀ। ਮੈਂ ਜਿਹੜਾ ਵੀ ਦੋਸਤ ਕਰੇ ਮੇਰਾ ਐਡਰੈਸ ਹਰ ਇਹ 10-11 ਸਿਰ ਇੱਕ ਡੰਗ ਦਾ ਦੁੱਧ ਨਾ ਦੇ ਤੇ ਮੈਂ ਗੁਨਾਹਗਾਰ। ਇਨਸ਼ਾਅੱਲਾ ਇਨਸ਼ਾਅੱਲਾ। ਮਾਸ਼ਾਅੱਲਾ, ਬੱਚੇ ਨੂੰ ਪਿਲਾ ਕੇ 11-12 ਲੀਟਰ ਦੀ ਐਵਰੇਜ ਇੱਕ ਡੰਗ ਦੀ ਹੋਏਗੀ ਇਸ ਮੈਂ ਦੀ। ਪਿਛਲੇ ਸੂਬੇ ਦਾ ਭਾਈ ਸੁਮੇਲਾ ਸਾਹਿਬ ਵਾਲਾ ਕੀ ਰਿਕਾਰਡ ਹੈ ਭਾਈ? ਹਲਕਾ ਚੱਕਰ ਲਓ ਜੀ ਨੂੰ। ਪਿਛਲੇ ਸੂਬੇ 12-13 ਦਬੜਾ ਕੇ ਚੁੱਕ ਲਓ ਨਾਲ। ਇਹ ਤੂੰ ਸੁਬਾਹ ਹੁਣ ਕਿੰਨਵਾਂ ਸੋਣਾ ਨੀ? ਇਹ ਤੀਸਰਾ ਸੁਬਾਹ ਸੋਣਾ ਭਾਈ ਸਮੀਲਾ ਸਾਹਿਬ। ਜ਼ਰਾ ਪੁਛਲ ਪੜੋ ਹਾਂ, ਆ ਦੋਸਤਾਂ ਨੂੰ ਬਟਨ ਨੂੰ ਚੈੱਕ ਕਰੇ ਭਾਈ ਟੋਰੋ ਤੁਸੀਂ। ਹਾਂਜੀ ਜ਼ਰਾ ਚੱਕਰ ਲਓ ਤੁਸੀਂ, ਵੀਡੀਓ ਸਾਡੀ ਅੱਛੀ ਬਣਾਉਣੀ ਹੈ। ਤੀਸਰਾ ਸੁਬਾਹ ਸੋਣਾ ਤੇ ਦਿਨ ਕਿੰਨੇ ਕੁ ਲੈ ਰਹੀ ਹੈ? ਇਹ ਤਕਰੀਬਨ ਕੋਈ 8-10 ਦਿਨ ਲੈਂਦੀ। 8-10 ਦਿਨ ਲੈਂਦੀ ਹੈ। ਵੀ ਤੂੰ ਦੋਸਤਾਂ ਨੂੰ ਦੱਸੋ ਪਿਛਲਾ, ਯਾਨੀ ਕਿ ਦੂਸਰੇ ਸੂਬੇ ਦਾ ਕੀ ਰਿਕਾਰਡ? ਸੂਬੇ ਮਗਰੇ ਦੇ ਕੱਟੀ ਸੀ ਜਨਾਬ, ਕੱਟੀ ਨੂੰ ਪਿਲਾ ਕੇ 11 ਕਿਲੋ ਇੱਕ ਟਾਈਮ ਦਾ ਅਸੀਂ ਦੁੱਧ ਚੋਂਦੇ ਰਹੇ ਇਹਦੇ ਕੋਲ। ਠੀਕ ਹੈ, ਪਿਛਲੇ ਸੂਬੇ ਇਹ ਪਿੱਛੇ ਦੇ ਕੱਟੀ ਸੀ, ਕੱਟੀ ਨੂੰ ਪਲਾ ਕੇ ਇੱਕ ਟਾਈਮ ਦਾ 11 ਕਿਲੋ। ਮਾਸ਼ਾਅੱਲਾ ਜੀ, ਸੁਬਾਹ ਨੇ ਤੀਸਰਾ ਸੋਣਾ, ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ। ਅਤੇ ਚੀਜ਼ ਅੱਛੀ ਹੈ, ਸ਼ੌਕੀਆ ਜਾਨਵਰ ਹੈ ਅਤੇ ਭਾਈ ਯਾਰ ਸਪੈਸ਼ਲ ਇਨਵਾਈਟ ਕੀਤਾ ਅਤੇ ਮਾਸ਼ਾਅੱਲਾ ਜੀ ਚੀਜ਼ ਵਾਕਈ ਦੋਸਤਾਂ ਨੂੰ ਵਹਾਉਣ ਵਾਲੀ ਹੀ। ਚਿਹਰਾ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਹਾਂ ਭਾਈ, ਚਿਹਰਾ ਦਾ ਸਾਹਮਣੇ ਕਰੋ ਜੀ।
ਤੇ ਇਹ ਵੀ ਪਹਿਲਵਾਨ ਚੀਜ਼ ਹੈ ਵੱਡੀ ਜਸਾਮਤ ਹੈ ਤੇ ਪਿਛਲੇ ਸੂਬੇ ਦਾ ਰਿਕਾਰਡ ਵੀ ਅੱਛਾ ਮਾਸ਼ਾਅੱਲਾ ਜੀ ਬੱਗੀ ਮੁੱਛੇ ਚਿਹਰਾ ਵੀ ਦੋਸਤਾਂ ਵੇਖਣਾ ਟੋਰੇ ਭਾਈ ਇਕਲ ਕਰ ਸਾਡੇ ਕੋਲ ਮੌਜੂਦ ਹੈ ਦੀ ਉਹ ਬੱਜੀ ਆ ਵੀਰੇ ਛੱਡ ਕੇ ਝਾੜਨ ਵਾਲੀ ਮੈਂ ਠੜਕ ਚ ਕਰਨ ਵਾਲੀ ਠੀਕ ਇੱਥੇ ਅੰਕਲ ਹਰੀ ਵੀ ਮੌਜੂਦ ਨੇ ਮਾਸ਼ਾਅੱਲਾ ਜੀ ਉਹ ਵੀ ਆਪਣੇ ਕੰਮ ਦੇ ਖਿਲਾੜੀ ਨੇ ਉਹ ਵੀ ਕਹਿ ਰਹੇ ਨੇ ਕਿ ਠਰਕ ਵਾਲੀ ਯਾਨੀ ਕਿ ਸ਼ੌਕੀਆ ਚੀਜ਼ ਹੈ ਲਾਮ ਵੀ ਦੋਸਤਾਂ ਵੇਖ ਲੈਣੀ ਹੈ ਵੱਡੀ ਜਸਾਮਤ ਹੈ ਤੁਹਾਨੂੰ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦਾ ਸੂਆ ਤੀਸਰਾ ਸੁਣਾ ਦਿਨ ਕੋਈ 10 ਕਿ ਲੈ ਰਹੀ ਹੈ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਤੁਹਾਨੂੰ ਵੀ ਸੋਹਣੇ ਲੱਗੇ ਨੇ ਪਾਵਰਫੁੱਲ ਤੇ ਲਿਬਾਸ ਇਨਸ਼ਾਅੱਲਾ ਹਲੇ ਮਜ਼ੀਦ ਕਰੇ ਦੀ ਹੁਣ ਵੀ ਸੋਹਣਾ ਕੀਤਾ ਪੁੱਠਾ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਆ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਦੇ ਰੱਬ ਨੇ ਲੇਵੇ ਨਹੀਂ ਲਾਏ ਹੋਏ ਇਹ ਬਟਨ ਵੀ ਦੱਸੋ ਦੋਸਤਾਂ ਨੇ ਜਿਹੜੇ ਸਾਹਮਣੇ ਇਹ ਬਟਨ ਨੇ ਵੇਖੋ ਠੀਕ ਹੈ ਬਿਲਕੁਲ ਜੀ ਆਈ ਲੋ ਜੀ ਬਰੀਕੀਆਂ ਤੇ ਮੈਂ ਦੀ ਇੰਜ ਨੇ ਸਾਰੀ ਥਲ ਥਲ ਕਰਦੀ ਹੈ ਹਰ ਪਾਸੇ ਉਹ ਤੇ ਵੱਖੀ ਨਹੀਂ ਕਿਤੇ ਧੁੰਦੀ ਨਹੀਂ ਕੋੜੀ ਨਹੀਂ ਮੈਂ ਨੂੰ ਮੇਰੇ ਵੇਖੋ ਮੈਂ 7 ਫੁੱਟ ਦਾ ਬੰਦਾ ਮੇਰੇ ਮੁੰਡੇ ਮੁੰਡੇ ਜੀ ਦੀ ਮੈਂ ਲੋ ਜੀ ਦੋਸਤਾਂ ਇਹ ਚੈੱਕ ਕਰੋ ਮਾਸ਼ਾਅੱਲਾ ਠੀਕ ਹੈ ਭਾਈ ਇੱਕ ਚੱਕਰ ਲਵਾ ਲਿਆ ਭਾਜੀ ਇਨਸ਼ਾਅੱਲਾ ਦੋਸਤਾਂ ਨੂੰ ਭਾਈ ਜੀ ਫੇਰ ਸ਼ੋਅ ਕਰਾਉਂਦੇ ਮੈਂ ਨਾ ਐਡੀ ਜਵਾਨ ਮੈਂ ਜਗ੍ਹਾ ਦਿੰਦੀਆਂ ਛੋਟੀਆਂ ਤੇ ਮੈਂ ਮੂੰਹ ਫੜਾ ਦਿੰਦੀ ਠੀਕ ਹੈ ਇਹ ਵੀ ਸੀਲ ਸ਼ਰੀਫ ਭਾਈ ਚਿਹਰਾ ਵੀ ਇਹਦਾ ਸਾਹਮਣੇ ਕਰਿਓ ਜੀ ਲੋ ਜੀ ਦੋਸਤੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਇੱਕ ਅੱਖ ਦੀ ਬਿੱਲੀ ਹੈ ਤੇ ਇੱਕ ਕਾਲੀ ਹੈ ਬੱਗੀ ਮੋਛੇ ਸੁਵਾ ਤੀਸਰਾ ਸੋਹਣਾ ਲਾਮ ਚੰਗੀ ਹੈ ਹਾਈਟ ਵੀ ਦੋਸਤਾਂ ਵੇਖ ਲੈਣੀ ਥਣ ਸੋਹਣੇ ਲੱਗੇ ਨੇ ਪਾਵਰਫੁੱਲ ਤੇ ਮਾਸ਼ਾਅੱਲਾ ਜੀ ਸ਼ੋਕਿਆ ਚੀਜ਼ ਸੀ ਜੀ ਭਾਈ ਸਮੀਲਾ ਸਾਹਿਬ ਇਹ ਕੀ ਰੇਟ ਇਹਦਾ ਇਹ ਰੇਟ ਇਹਦਾ ਕਦਾ ਭਾਈ ਜੀ ਇਹ ਨਾ ਭਾਈ ਲਾ ਬਲਾ ਉਰਾ ਜੀ ਜੀ ਜਿਵੇਂ ਕਿਸੇ ਦੋਸਤ ਨੂੰ ਪਸੰਦ ਆਈ ਉਹਨੂੰ ਦੇ ਦਵਾਂ ਪਸੰਦ ਦੀ ਗੱਲ ਅੱਛਾ ਸ਼ੌਕ ਦਾ ਰੇਟ ਕਾਹਦਾ ਹੈ ਯਾਨੀ ਕਿ ਰੇਟ ਦੇਣਾ ਨਹੀਂ ਤੇ ਅਗਰ ਕਿਸੇ ਦੋਸਤ ਦੀ ਸਮਝ ਚ ਆ ਗਈ ਯਾਨੀ ਕਿ ਸ਼ੌਕੀਆ ਚੀਜ਼ ਹੈ ਤੁਸੀਂ ਵੀ ਪੈਸੇ ਭਰੇ ਨੇ ਚੰਗੇ ਤੇ ਅਗਰ ਕਿਸੇ ਦੋਸਤ ਦੀ ਸਮਝ ਚ ਆਏ ਦੀ ਉਹਦੇ ਨਾਲ ਪਿਆਰ ਮੁਹੱਬਤ ਕਰ ਲੈਣਾ ਤੇ ਮਜ਼ੀਦ ਅੰਕਲ ਜੀ ਕੋਈ ਦਵਾ ਦੇ ਰਾਏ ਤੁਸੀਂ ਵੀ ਆਇਓ ਜ਼ਰਾ ਇਹ ਗੱਲ ਕਹਿੰਦੇ ਆ ਭਈ ਆ ਸਰ ਸਾਹਮਣੇ ਆਇਓ ਜ਼ਰਾ ਇਹ ਜਿੱਥੇ ਚੌਂ ਦਾ ਗੋਇਆ ਸੁੱਟਣਾ ਨਾ ਇੱਕ ਨੂੰ ਸਾਂਭਲਾਣਾ ਜਿਹੜਾ ਨਾ ਮਾਸ਼ਾਅੱਲਾ ਸਮੀਉੱਲਾ ਦੀ ਝੋਟੀ ਜਿਹੜੀ ਹੈ ਨਾ ਮੈਂ ਵੈਸੇ ਹੀ ਆਇਆ ਸਾਂ ਮੈਨੂੰ ਪਤਾ ਲੱਗਾ ਮੈਂ ਤਾਂ ਠੜਕ ਝਾੜਨਾ ਆ ਮਾਸ਼ਾਅੱਲਾ ਤੇ ਵੇਖਿਆ ਤੇ ਵਾਕਈ ਜਿਹੜੀ ਨਾ ਅੱਲਾ ਦੀ ਮਿਹਰਬਾਨੀ ਨਾਲ ਮੈਂ ਕਾਬਲ ਜ਼ਿੰਦਾਬਾਦ ਹਾਂਜੀ ਅਤੇ ਮੈਂ ਰੋਲ ਮਈਆਂ ਲੈਣਾ ਵਾ ਗਾਈਆਂ ਲੈਣਾ ਉਹ ਮੈਂ ਵੱਖਰੀ ਚੀਜ਼ ਹੈ ਮੈਨੂੰ ਬਹੁਤ ਪਸੰਦ ਆਈ ਮਾਸ਼ਾਅੱਲਾ ਬਿਲਕੁਲ ਜੀ ਤੁਹਾਡਾ ਪੁਰਾਣਾ ਕੰਮ ਹੈ ਤਜਰਬਾਕਾਰ ਹੋ ਤੇ ਤੁਹਾਡੀ ਗੱਲ ਬਜਾਵੇ ਜੀ ਭਾਈ ਸਮੀਉੱਲਾ ਸਾਹਿਬ ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ ਬਸ ਕੋਈ ਵੀ ਦੋਸਤ ਵੇਖੇ ਇਨਸ਼ਾਅੱਲਾ ਸ਼ੌਕ ਕਰਨਾ ਚਾਹੇ ਤੇ ਲੈਣੀ ਚਾਹੇ ਤੇ ਅਸੀਂ ਬਿਲਕੁਲ ਉਹਨੂੰ ਦਾਂਗੇ ਭਰਾਵਾਂ ਵਾਂਗਰ ਬਣ ਕੇ ਦਾਂਗੇ ਬੜੀ ਯਾ ਕਰਾਂਗੇ ਇਨਸ਼ਾਅੱਲਾ ਜਿਵੇਂ ਕੋ ਆਖੇਗਾ ਉਵੇਂ ਕਰਾਂਗੇ ਇਨਸ਼ਾਅੱਲਾ ਕੋਸ਼ਿਸ਼ ਆਈ ਕਰਨੀ ਹੈ ਕਿ ਰਿਜ਼ਕ ਮਿਲਦਾ ਆ ਜਿਹੜਾ ਦੋਸਤ ਰابطਾ ਕਰੇ ਉਹਦੇ ਨਾਲ ਪਿਆਰ ਮੁਹੱਬਤ ਕਰ ਲੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸ਼ੌਕ ਕਰਾਹੜਨਾ ਕਿਸੇ ਦੋਸਤ ਨੂੰ ਲੋਏ ਦੋਸਤੋ ਇੱਕ ਹੀ ਜਾਨਵਰ ਸੀ ਤੇ ਸਪੈਸ਼ਲ ਇਹਦੇ ਵਾਸਤੇ ਹੀ ਆਏ ਆ ਵੀਡੀਓ ਬਣਾਈਏ ਤੇ ਦੋਸਤਾਂ ਕੇ ਗੁਜ਼ਾਰਿਸ਼ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼।